ਬਿਮਾਰੀਆਂ ਨੂੰ ਡੀਲ ਕਰਦੇ ਹਾਂ ਪਰ ਆਪਾਂ ਅੱਜ ਬਿਮਾਰੀ ਦੀ ਗੱਲ ਘੱਟ ਅਤੇ ਸਿਹਤ ਦੀ ਗੱਲ ਜ਼ਿਆਦਾ ਕਰਨੀ ਹੈ ਕਿਉਂਕਿ ਆਪਣਾ ਮੁਲਕ ਜੋ ਹੈ ਉਹ ਵਿਕਾਸਸ਼ੀਲ ਹੈ ਔਰ ਆਪਾਂ ਇਹ ਅਫੋਰਡ ਨਹੀਂ ਕਰ ਸਕਦੇ ਕਿ ਆਪਣੀ ਜਨਤਾ ਨੂੰ ਬਿਮਾਰੀਆਂ ਹੋਣ ਫਿਰ ਆਪਾਂ ਉਹਨਾਂ ਦਾ ਇਲਾਜ ਕਰੀਏ ਹਸਪਤਾਲ ਖੋਲ੍ਹੀਏ ਤਾਂ ਇਹ ਬੜਾ ਮੁਸ਼ਕਿਲ ਹੈ ਸੋ ਇਸ ਕਰਕੇ ਜਿਹੜੀਆਂ ਪ੍ਰਿਵੈਂਟੇਬਲ ਡਿਜ਼ੀਜ਼ ਹੈ ਜਿਨ੍ਹਾਂ ਤੋਂ ਆਪਾਂ ਬਚ ਸਕਦੇ ਹਾਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਚਾਹੇ ਉਹ ਡੇਂਗੂ ਹੋਵੇ ਆਪਾਂ ਨੂੰ ਪਤਾ ਹਰ ਸੀਜ਼ਨ ਦੇ ਵਿੱਚ ਡੇਂਗੂ ਆਉਂਦਾ ਆ ਆਪਣੇ ਰਿਸ਼ਤੇਦਾਰ ਨੇੜੇ ਸਾਕ ਸੰਬੰਧੀ ਕੋਈ ਨਾ ਕੋਈ ਦਾਖਲ ਹੁੰਦਾ ਕਿਸੇ ਦੇ ਸੈੱਲ ਘੱਟਦੇ ਆ ਤਾਂ ਜਿੱਦਾਂ ਹੁਣੇ ਤੁਹਾਨੂੰ ਦੱਸਿਆ ਗਿਆ ਕਿ ਇੱਕ ਮੱਛਰ ਨਾਲ ਐਡੀਜੀਪੀ ਮੱਛਰ ਹੁੰਦਾ ਉਹਦੇ ਨਾਲ ਹੁੰਦਾ ਉਹਦੇ ਨਾਲ ਡੇਂਗੂ ਤੋਂ ਇਲਾਵਾ ਚਿਕਨਗੁਨੀਆ ਵੀ ਹੁੰਦਾ ਇੱਕ ਯੈਲੋ ਫੀਵਰ ਹੈ ਉਹ ਵੀ ਹੁੰਦਾ ਇੱਕ ਅੱਜ ਕੱਲ੍ਹ ਜ਼ੀਕਾ ਵਾਇਰਸ ਡਿਜ਼ੀਜ਼ ਆਈ ਹੈ ਨਵੀਂ ਉਹ ਵੀ ਇਹਦੇ ਨਾਲ ਹੀ ਹੁੰਦਾ ਔਰ ਇਹਨਾਂ ਦੇ ਵਿੱਚ ਸਿਮਟਮ ਸਿੰਪਲ ਉਹੀ ਜ਼ੁਕਾਮ ਖਾਂਸੀ ਬੁਖਾਰ ਗਲਾ ਖਰਾਬ ਬੋਡੀ ਏਸ ਅੱਖਾਂ 'ਚ ਦਰਦ ਹੋਣਾ ਸਿਰ ਦਰਦ ਹੋਣਾ ਲੱਤਾਂ ਦੁਖਣੀਆਂ ਉਹ ਸਾਰੇ ਆਮ ਲੱਛਣ ਹੈ ਉਹ ਆਪਾਂ ਦੇਖਦੇ ਹਾਂ ਔਰ ਇਸ ਤੋਂ ਇਹ ਸਮਝੀਏ ਆਪਾਂ ਕਿ ਜੇ ਆਪਾਂ ਮੱਛਰ ਤੋਂ ਬਚਾਅ ਕਰ ਲੈਂਦੇ ਹਾਂ ਤਾਂ ਇਕੱਲਾ ਡੇਂਗੂ ਹੀ ਨਹੀਂ ਆਪਾਂ ਨੂੰ ਜਿੱਦਾਂ ਦੱਸਿਆ ਗਿਆ ਕਿ ਆਪਾਂ ਮਲੇਰੀਆ ਤੋਂ ਵੀ ਬਚਦੇ ਹਾਂ ਔਰ ਦੁਨੀਆ ਦੇ ਵਿੱਚ ਡੇਂਗੂ 400 ਮਿਲੀਅਨ ਲੋਕਾਂ ਨੂੰ ਇਹ ਮੱਛਰ ਜਿਹੜਾ ਹੈਗਾ ਉਹ ਹਰ ਸਾਲ